ਮੀਡੀਆ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜ਼ੀਰਕਪੁਰ ਤੋਂ, ਜਿੱਥੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਰੈਲੀ ਕਰਵਾਈ ਗਈ। ਇਸ ਰੈਲੀ ਵਿੱਚ ਪੱਤਰਕਾਰਾਂ ਨਾਲ ਹੋਈ ਬਦਸਲੂਕੀ, ਇਹ ਬਦਸਲੂਕੀ ਅਕਾਲੀ ਦਲ ਦੇ ਸਮਰਥਕਾਂ ਨੇ ਸ਼ਰਾਬ ਪੀ ਕੇ ਕੀਤੀ ਗਈ। ਮੌਕੇ ਤੇ ਮੌਜੂਦ ਸਾਰੇ ਪੱਤਰਕਾਰਾਂ ਨੇ ਉੱਥੇ ਉਸੇ ਵੇਲੇ ਬਾਈਕਾਟ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਰੈਲੀ ਵਿੱਚ ਪੱਤਰਕਾਰਾਂ ਦੇ ਬੈਠਣ ਲਈ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ ਸੀ। ਨਿਊਜ਼ ਡੈਸਕ ਤੋਂ ਰੇਖਾ ਸ਼ੇਰਗਿੱਲ ਅਤੇ ਜ਼ੀਰਕਪੁਰ ਤੋਂ ਮੇਜ਼ਰ ਅਲੀ, ਜੀਵੇ ਪੰਜਾਬ ਟੀਵੀ।